ਤਰਨਤਾਰਨ ਦੇ ਥਾਣੇ ਵਿੱਚ ਹੀ ਇੱਕ ਔਰਤ ਦੀ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਪੁਲਿਸ ਸਾਹਮਣੇ ਬੇਰਾਮੀ ਨਾਲ ਕੁੱਟਮਾਰ ਕੀਤੀ। ਪੀੜਿਤ ਮਹਿਲਾ ਨੇ ਇਨਸਾਫ ਨਾ ਮਿਲਣ ਦੇ ਹਾਲਤ ਵਿੱਚ ਜ਼ਿਲ੍ਹੇ ਦੇ SSP ਦਫ਼ਤਰ ਅੱਗੇ ਆਤਮ ਹੱਤਿਆ ਕਰਨ ਦੀ ਧਮਕੀ ਦੇ ਦਿੱਤੀ। ਸਹੁਰਾ ਪਰਿਵਾਰ ਵੱਲੋਂ ਕੀਤੇ ਜਾਂਦੇ ਤਸ਼ੱਦਦ ਦਾ ਇਨਸਾਫ ਲੈਣ ਤਰਨਤਾਰਨ ਥਾਣੇ ਪੁੱਜੀ ਇੱਕ ਸੁਮਨ ਰਾਣੀ ਨਾਮੀ ਮਹਿਲਾ ਦੀ ਉਸ ਦੇ ਸਹੁਰਾ ਪਰਿਵਾਰ ਨੇ ਪੁਲਿਸ ਸਾਹਮਣੇ ਹੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕੁੱਟਮਾਰ ਕਾਰਨ ਜ਼ਖਮੀ ਹੋਈ ਮਹਿਲਾ ਦਾ ਕਹਿਣਾ ਹੈ ਕਿ ਪੁਲਿਸ ਨਾਲ ਮਿਲੀ ਭੁਗਤ ਹੋਣ ਕਾਰਨ ਹੀ ਉਸ ਦੀ ਥਾਣੇ ਵਿੱਚ ਕੁੱਟਮਾਰ ਕੀਤੀ। ਸੁਮਨ ਰਾਣੀ ਨੇ ਦੱਸਿਆ ਕਿ ਉਸ ਦਾ ਅਵਤਾਰ ਸਿੰਘ ਨਾਮੀ ਵਿਅਕਤੀ ਨਾਲ 6 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੇ ਇੱਕ ਲੜਕਾ ਅਤੇ ਇੱਕ ਲੜਕੀ ਹਨ, ਪਰ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਨਜਾਇਜ਼ ਸੰਬੰਧ ਬਣਨ ਕਾਰਨ ਉਸ ਦਾ ਸਹੁਰਾ ਪਰਿਵਾਰ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਹੈ। ਪੀੜਿਤ ਮਹਿਲਾ ਨੇ ਕਿਹਾ ਕਿ ਜੇ ਉਸ ਦੀ ਸੁਣਵਾਈ ਨਾ ਹੋਈ ਤਾਂ ਉਹ ਤਰਨ ਤਾਰਨ ਦੇ SSP ਦਫ਼ਤਰ ਅੱਗੇ ਆਤਮ ਹੱਤਿਆ ਕਰੇਗੀ, ਜਿਸ ਦੀ ਜ਼ਿੰਮੇਵਾਰੀ ਉਸ ਦਾ ਸਹੁਰਾ ਪਰਿਵਾਰ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਵੀ ਹੋਵੇਗਾ। ਥੱਲੇ ਸੁੱਟਤਾ ਮੇਰੇ ਘਰ ਵਾਲੇ ਨੇ, ਅਵਤਾਰ ਨੇ ਤੇ ਮੇਰੇ ਡੈਡੀ ਨੇ ਫੜ ਕੇ ਜੁੰਡੇ ਦੇ ਮੁੱਕੀਆਂ ਮਾਰੀਆਂ, ਇਹਨਾਂ ਨੇ ਬੜਾ ਕੁੱਟਿਆ। ਥਾਣਾ ਸ਼ਹਿਰੀ ਦੇ SHO ਚੰਦਰ ਭੂਸ਼ਣ ਦਾ ਕਹਿਣਾ ਸੀ ਕਿ ਉਹ ਮਾਮਲੇ ਦੀ ਤਫਤੀਸ਼ ਕਰ ਰਹੇ ਹਨ, ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਰਾਣੀ ਪਤਨੀ ਅਵਤਾਰ ਸਿੰਘ ਪਿੰਡ ਮੁਗਲ ਚੱਕ ਕਿੱਲਾ, ਇਹਨੇ ਕੰਪਲੇਂਟ ਕੀਤੀ ਆਪਣੇ ਹਸਬੈਂਡ ਦੇ ਖਿਲਾਫ ਕੋਈ ਨਜਾਇਜ਼ ਸੰਬੰਧ ਵਗੈਰਾ ਦੀ ਅਤੇ ਨਾਲ ਕੁੱਟਮਾਰ ਦੀ, ਅਤੇ ਇਸਦੇ ਹਸਬੈਂਡ ਅਵਤਾਰ ਸਿੰਘ ਨੇ ਵੀ ਆਪਣੀ ਪਤਨੀ ਸੁਮਨ ਰਾਣੀ ਦੇ ਖਿਲਾਫ ਕੰਪਲੇਂਟ ਕੀਤੀ ਹੈ। ਉਹਨੇ ਵੀ ਨਜਾਇਜ਼ ਸੰਬੰਧ ਦੇ ਘਰੋਂ ਮਤਲਬ ਕਿ ਬੱਚਿਆਂ ਸਮੇਤ ਆਪਣੀ ਮਰਜ਼ੀ ਨਾਲ ਚਲੇ ਜਾਣ ਸੰਬੰਧੀ ਜਿਹੜੇ ਦੋਨਾਂ ਪਾਰਟੀਆਂ ਦੀ ਜਾਂਚ ਕਰ ਰਹੇ ਹਾਂ, ਦੋਨਾਂ ਨੂੰ ਟਾਈਮ ਦਿੱਤਾ, ਘਰੇਲੂ ਡਿਸਪਿਊਟ ਹੈ, ਬੈਠ ਕੇ ਇਹਨਾਂ ਨੂੰ ਕਰਵਾ ਦਾਂਗੇ। ਖਡੂਰ ਸਾਹਿਬ ਤੋਂ ਦਮਨ ਦੀ ਰਿਪੋਰਟ।